ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਕਿ ਮੌਸਮ ਦੇ ਵਿੱਚ ਕਾਫੀ ਮਤਲਬ ਉਤਰਾਅ ਚੜਾਅ ਦੇਖਣ ਨੂੰ ਮਿਲ ਰਹੇ ਹੈ। ਇਸ ਤਰ੍ਹਾਂ ਜਦੋਂ ਮਾਰਚ ਸਟਾਰਟ ਹੋਇਆ ਤਾਂ 2 ਮਾਰਚ ਨੂੰ ਵੀ ਸਾਡੇ ਕੋਲ ਜਿਹੜੀ ਹੈ ਬਾਰਿਸ਼ ਕਾਫੀ ਜ਼ਿਆਦਾ ਮਾਤਰਾ ਵਿੱਚ ਰਿਕਾਰਡ ਹੋਈ ਹੈ। 35-36 ਮਿਲੀਮੀਟਰ ਬਾਰਿਸ਼ ਜਿਹੜੀ ਸਾਡੇ ਕੋਲ ਇੱਕ ਦਿਨ ਦੇ ਵਿੱਚ ਉਹ ਰਿਕਾਰਡ ਹੋਈ ਹੈ। ਸੋ ਉਸ ਹਫ਼ਤੇ ਦੇ ਵਿੱਚ ਜੇ ਆਪਾਂ ਦੇਖਦੇ ਹਾਂ ਕਿ ਟੈਂਪਰੇਚਰਸ ਦੇ ਵਿੱਚ ਵੀ ਵੇਰੀਏਸ਼ਨ ਕਾਫੀ ਦੇਖੀ ਗਈ ਸੀ, ਕਿਉਂਕਿ ਰਾਤ ਦਾ ਤਾਪਮਾਨ ਜਿਹੜਾ ਉਹ 6 ਡਿਗਰੀ ਨੋਰਮਲ ਤੋਂ ਜ਼ਿਆਦਾ ਰਿਕਾਰਡ ਹੋਇਆ ਸੀ। ਸੋ ਪਰ ਦਿਨ ਦਾ ਤਾਪਮਾਨ ਜਿਹੜਾ ਆਲਮੋਸਟ ਨੀਅਰ ਟੂ ਨੋਰਮਲ ਹੀ ਰਿਹਾ ਸੀਗਾ। ਜੇ ਹੁਣ ਆਪਾਂ ਦੂਸਰੇ ਹਫ਼ਤੇ ਦੀ ਗੱਲ ਕਰਦੇ ਹਾਂ ਤਾਂ ਹੁਣ ਵੀ ਸਾਡੇ ਕੋਲ ਜਿਹੜਾ ਅੱਜ ਦਾ ਰਾਤ ਦਾ ਤਾਪਮਾਨ ਹੈਗਾ ਲੁਧਿਆਣੇ ਦਾ ਉਹ 12 ਡਿਗਰੀ ਤੱਕ ਜਿਹੜਾ ਰਿਕਾਰਡ ਹੋਇਆ, ਜਿਹੜਾ ਕਿ ਨੋਰਮਲ ਨਾਲੋਂ 2-3 ਡਿਗਰੀ ਜ਼ਿਆਦਾ ਹੈ। ਸੋ ਜਿਹੜਾ ਦਿਨ ਦਾ ਤਾਪਮਾਨ ਹੈਗਾ ਉਹ ਮਤਲਬ ਥੋੜ੍ਹਾ ਨੀਅਰ ਟੂ ਨੋਰਮਲ ਚੱਲ ਰਿਹਾ। ਸੋ ਇਹਨਾਂ ਕੰਡੀਸ਼ਨਸ ਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਇੱਕ ਫਿਰ ਪੱਛਮੀ ਚੱਕਰਵਾਤ ਜਿਹੜਾ ਨੌਰਥ ਰੀਜਨ ਨੂੰ ਮਤਲਬ ਟੱਚ ਕਰ ਰਿਹਾ, ਜਿਹੜਾ ਕਿ ਕੱਲ੍ਹ ਵੀ ਜਿਸ ਤਰ੍ਹਾਂ ਆਪਾਂ ਦੇਖਿਆ ਕਿ ਬੱਦਲਵਾਈ ਰਹੀ ਹੈ ਆਪਣੇ 10 ਤਰੀਕ ਨੂੰ। ਸੋ 11 ਤਰੀਕ ਨੂੰ ਵੀ ਅੱਜ ਥੋੜ੍ਹਾ ਜਿਹਾ ਉਹ ਜਿਹੜਾ ਪਾਸ ਔਨ ਹੋ ਰਿਹਾ ਉਹਦਾ ਇਫੈਕਟ ਰਹੇਗਾ, ਔਰ 13-14 ਨੂੰ ਚਾਂਸਿਸ ਹੈਗੇ ਨੇ ਕਿ ਜਿਹੜੇ ਲਾਈਟ ਰੇਨਫਾਲ ਜਿਹੜੀ ਆ ਉਹ ਹੋ ਸਕਦੀ ਹੈ। ਪੰਜਾਬ ਦੇ ਆਲਮੋਸਟ ਸਾਰੇ ਹਿੱਸਿਆਂ ਦੇ ਵਿੱਚ ਹੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਬਟ ਜਿਹੜੀ ਪ੍ਰੈਡਿਕਸ਼ਨ ਕੀਤੀ ਗਈ ਹੈ ਕਿ ਇਹ ਮਤਲਬ ਲਾਈਟ ਰੇਨਫਾਲ ਹੋਏਗੀ ਪਰ ਬੱਦਲ ਵਾਈਜ਼ ਮਤਲਬ ਕਾਫੀ ਰਹੇਗੀ ਇਹਨਾਂ ਦਿਨਾਂ ਦੇ ਵਿੱਚ। ਸੋ ਜੇ ਇਹਦਾ ਜ਼ਿਆਦਾ ਜਿਹੜਾ ਇਫੈਕਟ ਹੈਗਾ ਉਹ ਨੌਰਥ ਰੀਜਨ 'ਤੇ ਜ਼ਿਆਦਾ ਹੋਣ ਦੀ ਸੰਭਾਵਨਾ ਹੈਗੀ ਹੈ, ਕਿ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਪੰਜਾਬ ਦੇ ਨਦਰਨ ਜਿਹੜੇ ਏਰੀਆਜ਼ ਨੇ ਜਿਵੇਂ ਅੰਮ੍ਰਿਤਸਰ ਹੋ ਗਿਆ, ਗੁਰਦਾਸਪੁਰ ਹੋ ਗਿਆ, ਹੈ ਨਾ, ਇਹਨਾਂ ਏਰੀਆ ਦੇ ਵਿੱਚ ਇਹਦਾ ਇਫੈਕਟ ਜ਼ਿਆਦਾ ਰਹੇਗਾ। ਅਤੇ ਬਾਕੀ ਜਿਸ ਤਰ੍ਹਾਂ ਆਪਾਂ ਸਾਊਥ ਵੱਲ ਆਉਂਦੇ ਹਾਂ ਇਹਦਾ ਇਫੈਕਟ ਘੱਟ ਹੋਏਗਾ, ਕਿਉਂਕਿ ਇਹ ਜਿਹੜਾ ਪਾਸ ਔਨ ਕਰ ਰਿਹਾ ਵੈਸਟਰਨ ਡਿਸਟਰਬੈਂਸ ਇਹਦਾ ਇਫੈਕਟ ਹਾਲੇ ਸਾਡੇ ਕੋਲ 2-3 ਦਿਨ ਤੱਕ ਰਹੇਗਾ।